ਬਿਲਾਵਲ ਮਹਲਾ 5ਵਾਂ ਮੂ ਲਾਲਨ ਸਿਉ ਪ੍ਰੀਤ ਬਨੀ ਮੂ ਲਾਲਨ ਸਿਉ ਪ੍ਰੀਤ ਬਨੀ ਰਾਉ ਤੋਰੀ ना टूटे, छोरी ना छूट ऐसी माधो खिंच तनी दिन सरन मन माह बस्त है ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉ ਸਿਆਮ ਸੁੰਦਰ ਕੋ ਅਕਥ ਕਥਾ ਜਾਂ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਜਨਨਾਨਕ ਦਾਸਨ ਦਾਸ ਕਹੀਅਤ ਹੈ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਹੋ ਚੁਗਾ ਟਲ ਸ਼ਬਦ ਸਤਿਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਟਲ ਦੀ ਸ਼ਾਮ ਸਤਸੰਗਤ ਦੇ ਇਸ ਸਮੇਂ ਨੂੰ ਸੀ ਮਾਣ ਰਹੇ ਆਂ ਗੁਰਹਜ਼ੂਰੀ ਨੂੰ ਮੰਨਦੇ ਆ ਇਹ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ ਰਾਗ ਬਿਲਾਵਲ ਦੇ ਬਚਨ ਆਪਜੀ ਵਿਚਾਰ ਗੁਰੂ ਸੁਣ ਰਹੇ ਹੋ ਇਸ ਲੜੀ ਵਿੱਚ ਅਗਲੇ ਰਾ ਸ਼ਬਦ ਆਪ ਨੇ ਸਰਵਨ ਕੀਤਾ ਹੈ ਬਚਨ ਦੇ ਵਿਚਾਰ ਰਹਾਉ ਦੀ ਪੰਕਤੀ ਤੋਂ ਹੋ ਰਹੀ ਹੈ ਕਿਉਂਕਿ ਇਹ ਬਹੁਤ ਛੋਟਾ ਕਾਰਾ ਛੋਟਾਕਾਰੀ ਸ਼ਬਦ ਆ ਤੇ ਜੋ ਰਹਾਉ ਤਾਂ ਪੰਧਿਆ ਉਹ ਵੀ ਮਾਤਰਿਕ ਛੋਟੀ ਜੀ ਸਤਰਿਆ ਬਚਨੇ ਹੈ ਮੂ ਲਾਲਨ ਸਿਉ ਪ੍ਰੀਤ ਬਣੀ ਰਹਾਉ ਪੁੱਠੋ ਹਾਰੀ ਪੰਜਾਬੀ ਦੇ ਵਿੱਚ ਲਫ਼ਜ਼ ਲਿਖੇ ਨੇ ਗੁਰੂ ਬਾਬਾ ਜੀ ਨੇ ਮੂ ਮੈਂ ਮੇਰੀ ਕਿਉਂਕਿ ਅ ਕਈ ਵਾਰ ਹੁੰਦਾ ਕਿ ਪਾਸ਼ਾਈ ਪੱਖ ਦੇ ਵਿੱਚ ਮੈਂ ਮੇਰਾ ਮੇਰੀ ਸਾਡਾ ਅਸਾਂ ਅਸਾਂ ਦਾ ਇਸ ਤਰੀਕੇ ਨਾਲ ਚੋਣ ਹੁੰਦੀ ਹੈ ਪਰ ਕਈ ਵਾਰ ਪਾਸ਼ਾਈ ਪੱਖ ਵਿੱਚ ਜਦ ਤੁਸੀਂ ਦੇਖਦੇ ਆਂ ਕੁਝ ਜ਼ਬਾਨਾਂ ਦੇ ਵਿੱਚ ਇੱਕੋ ਹੀ ਲਫ਼ਜ਼ ਨੂੰ ਇੰਟਰਚੇਜੇਬਲ ਵੇਨਰ ਯੂਜ਼ ਕੀਤਾ ਜਾਂਦਾ ਸੋ ਮੂੰਹ ਲਫ਼ਜ਼ ਉੱਥੇ ਮੇਰੇ ਲਈ ਵੀ ਯੂਜ਼ ਕੀਤਾ ਜਾਂਦਾ ਮੈਂ ਦੀ ਜਗ੍ਹਾ ਤੇ ਤੇ ਮੇਰੇ ਵਾਸਤੇ ਜੋ ਸਪੈਸੀਫਿਕ ਮੇਰਾ ਹੈ ਉਹਦੇ ਵਾਸਤੇ ਵੀ ਕੀਤਾ ਜਾਂਦਾ ਸੋ ਬਚਨ ਆ ਰਿਹਾ ਹੈ ਮੂ ਲਾਲਨ ਸਿਓ ਲਾਲਨ ਉਪਰਿ ਪੂਰਨ ਜੋ ਲਾਡ ਲਡਾਉਂਦਾ ਆ ਉਹਨੂੰ ਲਾਲਨ ਕਿਹਾ ਗਿਆ ਆ ਮਤਲਬ ਬਾਬਾ ਜੀ ਅਕਸਰ ਇਹੋ ਜੇ ਬਚਨ ਬਾਣੀ ਚ ਕਹਿੰਦੇ ਤੇਰਾ ਪਰੋਸੈ ਪਿਆਰੇ ਮੈਂ ਲਾਡ ਲਡਾਇਆ ਲਾਡ ਲਡਾਉਣੇ ਆ ਪੰਜਾਬੀ ਦੇ ਚ ਆਮ ਕਰਕੇ ਬਾਤ ਹੁੰਦੀ ਹੈ ਕਿ ਜਿਹਦੇ ਨਾਲ ਬਹੁਤ ਸਨੇਹ ਹੋਏ ਉਹਦੇ ਨਾਲ ਤੁਸੀਂ ਬਹੁਤੇ ਫਾਰਮਲ ਨਹੀਂ ਰਹ ਜਾਂਦੇ ਬੜੇ ਇਨਫਾਰਮਲ ਜੇ ਹੋ ਜਾਂਦੇ ਹੋ ਮਤਲਬ ਜ਼ਰੂਰੀ ਨਹੀਂ ਕਿ ਤੁਸੀਂ ਫਾਰਮਲ ਲੈਵਲ ਤੇ ਗੱਲ ਕਰਨੀ ਹੈ ਜਿਵੇਂ ਭਗਤੀ ਦੇ ਰੰਗ ਵਿੱਚ ਅਸੀਂ ਦੇਖੀਏ ਤੇ ਗੁਰਬਾਣੀ ਚ ਇਹੋ ਜਿਹੇ ਬਚਨ ਅਸੀਂ ਪੜਦੇ ਆਂ ਕਿ ਜੋ ਭਗਤਾਂ ਦੇ ਵਾਕ ਪੜਦੇ ਆਂ ਤੇ ਭਗਤ ਸਹਿਬਾਨ ਕਹਿੰਦੇ ਨੇ ਕਿ ਇਹ ಪರಿਪੂਰਨ ਕਾਲਪੁਰਖ ਵਾਹਿਗੁਰੂ ਤੇਰੇ ਬਾਰੇ ਅਸੀਂ ਕੀ ਕਹੀਏ ਬਿਲਕੁਲ ਮਤਲਬ अनफॉर्मल ਗੱਲਿਆ ਹਰ ਠੱਗ ਜੱਗ ਸਿਓ ਠਗੌਰੀ ਲਾਈ ਰੱਬਾ ਤੇਰੇ ਤੋਂ ਵੱਡਾ ਠੱਗ ਕੋਈ ਨਹੀਂਗਾ ਹੁਣੇ ਲਫ਼ਜ਼ ਆਮ ਹਾਲਤਾਂ ਵਿੱਚ ਕਹੀਏ ਕਿਸੇ ਨੂੰ ਤੇ ਕਿਸੇ ਨੂੰ ਕਹੋ ਤੁਸੀਂ ਸੰਸਾਰੀ ਤੌਰ ਤੇ ਵੀ ਤੂੰ ਤੇ ਠੱਗ ਹੈ ਅਗਲਾ ਬੰਦਾ ਕਹੇਗਾ ਵੀ ਹੱਦ ਹੋ ਗਈ ਵੀ ਤੂੰ ਦੱਸ ਪਹਿਲਾਂ ਮੈਂ ਕਿਹੜੀ ਠੱਗੀ ਲਾਈ ਤੇਰੇ ਨਾਲ ਮਤਲਬ ਗੁੱਸਾ ਕਰੇਗਾ ਇਸ ਗੱਲ ਦਾ ਇਹ ਡਿਸਰੈਸਪੈਕਟਿਡ ਵੇ ਨਾਲ ਕਹੀ ਕੋਈ ਬਾਤ ਹੈ ਪਰ ਕਿਉਂਕਿ ਉਹ ਇਤਨੀ ਪ੍ਰੀਤ ਦੀ ਤੰਦ ਆ ਉਹਦੇ ਵਿੱਚ ਇਸ ਚੀਜ਼ ਨੂੰ ਜਿਵੇਂ ਲਾੜ ਲੜਾ ਕੇ ਗੱਲ ਕੀਤੀ ਜਾਂਦੀ ਹੈ ਉਸ ਰੂਪ ਵਿੱਚ ਬਾਤ ਆ ਜਾਂਦੀ ਹੈ। ਇਹ ਆ ਭਗਤ ਰਵਿਦਾਸ ਜੀ ਕਿ ਜਗਾ ਬਿਆਨ ਕਰਦੇ ਕਿ ਜੋ ਤੂੰ ਬੰਧੇ ਮੁਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ ਆਪਣੇ ਛੂਟਨ ਕੋ ਯਤਨ ਕਰੋ ਹਮ ਛੂਟੇ ਤੁਮ ਰਾਦੇ। ਤੇ ਰੱਬ ਜੀ ਤੂੰ ਵੈਸੇ ਕਿਹਾ ਜਾਂਦਾ ਬੜਾ ਸ਼ਕਤੀਸ਼ਾਲੀ ਹੈ। ਪਰ ਤੇਰੀ ਸ਼ਕਤੀਸ਼ਾਲੀ ਦਾਸੀ ਹੁਣ ਇਮਤਿਹਾਨ ਲੈ ਲੈਨੇ ਇਹਦੇ ਚ ਕਿਹੜੀ ਗੱਲ ਹੈ ਕਿੰਨਾ ਕੁ ਤਾਕਤਵਰ ਹਾਂ ਪਤਾ ਲੱਗ ਜਾਏਗਾ ਤੇਰਾ ਕਿ ਤਾਕਤਵਰ ਕੀ ਹੈਗਾ ਕਿ ਜੋ ਤੋ ਬੰਧੇ ਮੋਹ ਫਾਸ ਤੂੰ ਸਾਨੂੰ ਸੰਸਾਰੀ ਲੋਕਾਂ ਨੂੰ ਮੋਹ ਦੀਆਂ ਫਾਈਆਂ ਪਾਪਾ ਕੇ ਬੰਨਿਆ ਸੰਸਾਰ ਨਾਲ ਜਿਹੜੀਆਂ ਕਿ ਤੋੜਨੀਆਂ ਨਾ ਮੁਮਕਨ ਸੀ ਲੋਹੇ ਦੇ ਸੰਗਲ ਪਾ ਤੇ ਮਤਲਬ ਐਸਾ ਮੋਹ ਮਾਇਆ ਦਾ ਜਾਲ ਸਾਡਾ ਬੁਣਿਆ ਆ ਕਿ ਬੰਦਾ ਨਿਕਲ ਹੀ ਨਹੀਂ ਸਕਦਾ ਉਹਦੇ ਵਿੱਚੋਂ ਪਰ ਕਹਿੰਦੇ ਹਾਂ ਅਸੀਂ ਤੇਰੀ ਬਖਸ਼ਿਸ਼ ਦੀ ਅਛੈਣੀਆਂ ਦੇ ਨਾਲ ਤੇਰੇ ਬਖਸ਼ਿਸ਼ ਦੀ ਉਸ ਤੇਜ ਧਾਰ ਕਿਰਪਾ ਦੇ ਨਾਲ ਉਹ ਮੋਹ ਦੇ ਬੰਧਨ ਕੱਟ ਦਿੱਤੇ ਜੋ ਤੂੰ ਬੰਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ ਉਹਦੇ ਮੁਕਾਬਲਤ ਨਸੀ ਤੈਨੂੰ ਪ੍ਰੇਮ ਦੇ ਬੰਧਨ ਬੰਨੇ ਪ੍ਰੇਮ ਦੇ ਬੰਧਨ ਬਹੁਤ ਕੱਚਾ ਜਿਹਾ ਬੰਧਨ ਕਹਿ ਲੋ ਇਸ ਰੂਪ ਦੇ ਵਿੱਚ ਤੇ ਹੁਣ ਤੇਰੇ ਸਾਹਮਣੇ ਸੀ ਚੈਲੰਜ ਕਰਦੇ ਹਮ ਪ੍ਰੇਮ ਬੰਧਨ ਤੁਮ ਬਾਂਧੇ ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੂੰ ਮਰਾ ਦੇ ਅਸੀਂ ਤੇ ਦੇ ਹੱਡ ਡਡੇ ਮੋਟੇ ਮੋਹ ਦੇ ਸੰਗਲ ਤੋੜ ਗਏ ਪਰ ਜੇ ਤੇਰੇ ਚ ਤਾਕਤ ਹੈ ਤੇ ਆ ਪ੍ਰੇਮ ਦੇ ਧਾਗੇ ਤੋੜ ਕੇ ਵਖਾ ਹਿੰਮਤ ਹੀ ਨਹੀਂ ਤੂੰ ਸ਼ਕਤੀਸ਼ਾਲੀ ਹੈ ਤੇ ਵਖਾ ਫਿਰ ਇਸ ਰੂਪ ਭਾਵ ਬੜੀ ਲਾੜ ਪਿਆਰ ਵਾਲੀ ਬਾਤ ਕੀਤੀ ਜਾ ਰਹੀ ਹੈ ਤੇ ਇਹਨੂੰ ਇਸ ਤਰੀਕੇ ਨਾਲ ਵੀ ਜਾਣਿਆ ਜਾਏ ਕਿ ਅਸੀਂ ਇਮੋਸ਼ਨ ਦੇ ਵਿੱਚ ਜੀਣੇ ਆ ਤੇ ਜਿਹੜੀ ਗੱਲ ਨਾ ਇੰਟੈਲੈਕਚੁਅਲ ਹੋਣ ਦੀ ਮਤਲਬ ਬਹੁਤ ਜਿੱਥੇ ਬੌਧਿਕਤਾ ਹੋਏ ਬੜੀ ਸਿਆਣਪ ਹੋਏ ਉਥੇ ਡਰਾਈਨੈਸ ਆ ਜਾਂਦੀ ਹੈ ਬਹੁਤਾ ਸਿਆਣਾ ਬੰਦਾ ਬਹੁਤੀਆਂ ਸਿਆਣੀਆਂ ਗੱਲਾਂ ਕਰਨ ਵਾਲਾ ਬੰਦਾ ਉਹਦੇ ਚ ਖੁਸ਼ਕਪੁਣ ਆ ਜਾਂਦਾ ਹੈ ਇਸੇ ਕਰਕੇ ਧਰਮ ਕੱਲਾ ਫਲਸਫਾ ਨਹੀਂ ਹੁੰਦਾ ਜੇ ਕੱਲੀ ਫਲਸਫੀ ਦੀ ਗੱਲ ਹੋਏ ਨਾ ਫਿਰ ਤੇ ਫਿਲਾਸਫਰ ਧਰਮੀ ਹੋਣ ਜਿਨ੍ਹਾਂ ਦੇ ਕੋਲ ਮਤਲਬ ਗੱਲਾਂ ਹੀ ਸਿਆਣੀਆਂ ਨੇ ਸਾਰੀਆਂ ਧਰਮ ਜਜ਼ਬਾਤਾਂ ਦੀ ਉਸ ਤਲਹਟੀ ਤੇ ਚੱਲਦਾ ਆ ਇਹ ਜਜ ਬਾਤਾਂ ਦੀ ਤਲਹੱਟੀ ਤੇ ਤੁਰਨ ਵਾਲੇ ਬੰਦੇ ਨੂੰ ਹੀ ਮਦਦ ਕਰਦਾ ਆ ਫਿਰ ਅਦਰਵਾਈਜ਼ ਅਸੀਂ ਆਪਣੇ ਆਪ ਨੂੰ ਹਾ ਬਿਲਕੁਲ ਮਤਲਬ ਕੋਰਾ ਕਰਾਰਾ ਬਣਾ ਲਵਾਂਗੇ ਬਿਲਕੁਲ ਅ ਸੰਸਾਰ ਚ ਡਰਾਈ ਹੋ ਜਾਵਾਂਗੇ ਤੇ ਮਹਾਰਾਜ ਨੇ ਕਿਤੇ ਅ ਮਤਲਬ ਪਿਆਰ ਦੀਆਂ ਬਾਤਾਂ ਕਰਦਿਆਂ ਰੱਬ ਜੀ ਦੇ ਸਨੇਹ ਦੇ ਵਿੱਚ ਇਹੋ ਜਿਹੇ ਰੰਗ ਬਿਆਨ ਕੀਤੇ ਨੇ ਕਿਤੇ ਉਹਨੂੰ ਮਾਤ ਪਿਤਾ ਕਿਤੇ ਉਹਨੂੰ ਖਸਮ ਦੇ ਰੂਪ ਵਿੱਚ ਕਿਤੇ ਉਹਨੂੰ ਮਤਲਬ ਪ੍ਰੀਤ ਦੀਆਂ ਤੰਦਾਂ ਸਾਰੀਆਂ ਪਾਈਆਂ ਨੇ ਸਾਰੇ ਦੇ ਅੰਦਰ ਤੇ ਜੇ ਇਹੀ ਬਚਨ ਅਸੀਂ ਪੜਦੇ ਹਾਂ ਮੂਹ ਲਾਲਨ ਸਿਓ ਪ੍ਰੀਤ ਬਣੀ ਜਿਹੜਾ ਪ੍ਰੇਮ ਦਾ ਅਸਲ ਸੋਮਾ ਜਿਹੜਾ ਲਾੜ ਲਡਾਉਂਦਾ ਉਹਦੇ ਨਾਲ ਮੇਰੀ ਪ੍ਰੀਤ ਬਣ ਆਈ ਜਬਾਣੀ ਚ ਪੜੀਏ ਤੇ ਬਾਣੀ ਤੇ ਸਮੁੰਦਰ ਹੈ ਪੂਰੇ ਦਾ ਪੂਰਾ ਅਸੀਂ ਸ਼ਬਦ ਪੜਦੇ ਹਾਂ ਮਹਾਰਾਜ ਜੀ ਦੇ ਪਾਵਨ ਬਚਨਾਂ ਦੇ ਵਿੱਚ ਸਾਬ ਜਿਕਰ ਕਰਦੇ ਨੇ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਤਨਵੰਤ ਮਿਰਤਕ ਕਹੀਏ ਨਾਨਕਾ ਜਿਹ ਪ੍ਰੀਤ ਨਹੀਂ ਭਗਵੰਤ। ਕਿਆ ਅਤ ਸੁੰਦਰ ਕੁਲੀਨ ਚਤੁਰ ਬੰਦਾ ਬਹੁਤ ਹੀ ਜਿਆਦਾ ਸੁੰਦਰਤਾ ਦੇ ਬਾਰੇ ਗੱਲ ਕੀਤੀ ਗਈ ਹੈ ਕਿ ਸੁੰਦਰਤਾ ਜਿਹੜੀ ਹੈ ਨਾ ਇਹ ਰੱਬ ਦੀ ਸਫਾਰਸ਼ੀ ਚਿੱਠੀ ਹੁੰਦੀ ਹੈ। ਮਤਲਬ ਜਿਹੜੀ ਬਿਲਕੁਲ ਡਿਸਪਲੇ ਹੋ ਰਹੀ ਹੈ। ਤੁਸੀਂ ਕਿਤੇ ਵੀ ਜਾਓ ਤੁਹਾਡੀ ਖੂਬਸੂਰਤ ਅਪੀਅਰੈਂਸ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਦੂਜਿਆਂ ਦੀ ਅਟੈਂਸ਼ਨ ਬਾਇ ਕਰ ਲੈਂਦੀ ਹੈ। ਮਤਲਬ ਇਹ ਬੰਦਾ ਇਹਦੇ ਵਿੱਚ ਇਸੇ ਰੂਪ ਦੇ ਵਿੱਚ ਹੀ ਤੇ ਜਿੱਥੇ ਬਹੁਤ ਕਿਤੇ ਕੋਲ ਕੋਈ ਸੁੰਦਰ ਨੈਣ ਨਕਸ਼ ਤੇ ਉਹ ਚੀਜ਼ਾਂ ਹੋਣ ਤੇ ਉਹਨੂੰ ਲੱਗਦਾ ਮੈਂ ਆਪਾਂ ਨੂੰ ਕੁਝ ਹੋਰ ਕਰਨ ਦੀ ਲੋੜ ਹੀ ਨਹੀਂ ਆਲਰੇਡੀ ਹੈਵ ਮਾਈ ਓਨ ਐਕਚੁਅਲੀ ਕਾਈਂਡ ਆਫ ਅਪੀਅਰੈਂਸ ਦੈਟਸ ਮੋਰ ਦਨ ਇਨਾਫ ਬਾਬਾ ਜੀ ਕਹਿੰਦੇ ਅਤ ਸੁੰਦਰ ਅਤ ਦੀ ਖੂਬਸੂਰਤ ਹੋਏ ਬੰਦਾ ਫਿਰ ਕੁਲੀਨ ਕੁਲੀਨ ਇੱਕ ਐਲੀਟ ਕਹ ਲੋ ਇਕ ਐਸਾ ਜਿਵੇਂ ਕੋਈ ਰਾਇਲ ਫੈਮਲੀ ਦੇ ਨਾਲ ਬਿਲੋਂਗ ਕਰਦਾ ਕੋਈ ਇੱਕ ਹਾਈ ਰੈਕ ਦੀ ਜਿਹੜੀ ਹੈਗੀ ਜਿਹਦੇ ਵਿੱਚ ਜਿਸ ਨੂੰ ਕਿਹਾ ਜਾਏ ਕਿ ਇਹ ਜੀ ਇਹਨਾਂ ਦਾ ਤੇ ਲਾਸਟ ਨੇਮ ਹੀ ਬੜਾ ਵੱਡਾ ਹੈ ਜੀ ਜੀ ਇਹਨਾਂ ਦੀ ਤੇ ਮਤਲਬ ਬਸ ਇਹ ਜ਼ਿਕਰ ਹੀ ਬੜਾ ਜੀ ਨਾਂ ਹੀ ਬੜਾ ਹੈ ਜੀ ਉਸ ਰੂਪ ਵਿੱਚ ਕੁਲੀਨ ਹੋਏ ਬੜਾ ਹਾਈ ਉਸ ਕੁਲੀਨ ਗਰੁੱਪ ਦੇ ਵਿੱਚ ਸ਼ਮੂਲੀਅਤ ਰੱਖਦਾ ਹੈ ਅਤ ਸੁੰਦਰ ਕੁਲੀਨ ਚਤੁਰ ਬਹੁਤ ਚਲਾਕ ਹੋਏ ਬੜਾ ਸਿਆਣਾ ਹੋਏ ਐਸਾ ਚਤੁਰ ਹੋਏ ਕਿਸੇ ਨੂੰ ਗੱਲ ਨਾ ਆਉਣ ਦੇ ਮਤਲਬ ਲਾਜਵਾਬ ਕਰ ਦੇ ਬੰਦਾ ਤਾਂ ਆਪ ਦੇਖਦੇ ਹੋ ਸੰਸਾਰ ਦੇ ਤੁਹਾਨੂੰ ਲੋਕ ਮਿਲ ਜਾਂਦੇ ਬੜੀਆਂ ਮਤਲਬ ਐਸੀਆਂ ਐਸੀਆਂ ਗੱਲਾਂ ਜਿਹਨੂੰ ਬਾਬਾ ਕਬੀਰ ਜੀ ਨੇ ਬਿਆਨ ਕੀਤਾ ਕਿ ਜਿਵੇਂ ਬੰਦਾ ਐਸਾ ਹੋਏ ਕਿ ਅਸਮਾਨ ਦੀਆਂ ਟਾਕੀਆਂ ਲਾ ਲਿਆ ਹੋਵੇ ਕੀ ਵੀ ਹਰ ਜਸ ਸੁਨੇ ਨਾ ਹਰ ਗੁਣ ਗਾਵੈ ਬਾਤ ਨਹੀਂ ਅਸਮਾਨ ਗਿਰਾਵੈ ਗੱਲਾਂ ਬਾਤਾਂ ਨਾਲ ਹੀ ਅਸਮਾਨ ਥੰਬ ਦੇਣ ਤੇ ਗੱਲਾਂ ਬਾਤਾਂ ਨਾਲ ਅਸਮਾਨ ਡੇਗ ਦੇਣ ਮਤਲਬ ਉਹਦੀਆਂ ਉਹਨਾਂ ਦੀਆਂ ਗੱਲਾਂ ਹੀ ਐਸੀਆਂ ਹੋਣ ਕਿ ਦੂਜੇ ਬੰਦੇ ਨੂੰ ਗੱਲ ਹੀ ਨਾ ਆਵੇ ਉਹਨਾਂ ਦੇ ਸਾਹਮਣੇ ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਮੁਖ ਗਿਆਨੀ ਮੁਖ ਦਾ ਬੜਾ ਗਿਆਨ ਵੇਤਾ ਹੋ ਜਾਣਾ ਦੋ ਤਰ੍ਹਾਂ ਦੀ ਬਾਤ ਹੁੰਦੀ ਹੈ ਆਪ ਦੇਖੋਗੇ ਕਿ ਬੜੇ ਬੜੇ ਲਖਾਰੀ ਲੋਕ ਹੋਏ ਬੜੇ ਬੜੇ ਚੰਗੇ ਸਮਝਦਾਰ ਲੋਕ ਹੋਏ ਪਰ ਬੁਲਾਰੇ ਨਾ ਹੋ ਸਕੇ ਮੁਖ ਦਾ ਗਿਆਨੀ ਹੋਣਾ ਕੁਦਰਤ ਦਾ ਇੱਕ ਆਪਣੇ ਆਪ ਵਿੱਚ ਗੁਣ ਹੁੰਦਾ ਆ ਮੌਕੇ ਤੇ ਪ੍ਰੋਪਰ ਗੱਲ ਕਰ ਸਕਣੀ ਪਰਜੇਂਟੇਸ਼ਨ ਕਰ ਸਕਣੀ ਮੁਖ ਦਾ ਗਿਆਨੀ ਹੋਣਾ ਆਪਾਂ ਸ਼ਾ ਪੋਸ਼ ਕਹਿੰਨੇ ਆ ਭਾਈ ਵੀਰ ਸਿੰਘ ਜੀ ਨੂੰ ਕਮਾਲ ਦੇ ਲਖਾਰੀ ਇੱਡਾ ਪੂਰ ਦਾ ਪੂਰਾ ਮਤਲਬ ਗੁਰਮਤ ਰਿਲੇਟਡ ਲਿਟਰੇਚਰ ਦਾ ਦਰਿਆ ਲਿਖ ਦਿੱਤਾ ਪਰ ਕਹਿੰਦੇ ਸਪੀਕਰ ਨਹੀਂ ਸੀਗੇ ਮਤਲਬ ਜੇ ਉਹਨਾਂ ਨੂੰ ਕਿਤੇ ਬੁਲਾਉਣ ਵਾਸਤੇ ਖੜਾ ਕਰਦੇ ਤਾਂ ਗੱਲ ਨਹੀਂ ਸੀ ਔੜ ਦੀ ਛੇਤੀ ਕਰਕੇ ਮਤਲਬ ਮੁਖ ਗਿਆਨੀ ਹੋਣਾ ਇਹ ਵੀ ਇੱਕ ਆਪਣੇ ਆਪ ਬੜੀ ਬੜੀ ਵਡਿਆਈ ਬੜੀ ਖਾਸੀਅਤ ਮੰਨੀ ਗੁਰੂ ਬਾਬਾ ਜੀ ਨੇ ਕਿਹਾ ਵੀ ਇਹ ਵੀ ਹੋ ਜਾਏ ਅਤ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ ਅਮੀਰੀ ਵੀ ਬਹੁਤ ਹੋਏ ਪੂਰਾ ਤਨਵੰਤ ਹੋਏ ਪਰ ਇਹ ਸਭ ਹੋਣ ਦੇ ਬਾਵਜੂਦ ਵੀ ਬਾਬਾ ਜੀ ਕਹਿੰਦੇ ਮੇਰੀ ਜਾਚੇ ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜੇ ਭਗਵੰਤ ਦੀ ਪ੍ਰੀਤ ਨਹੀਂ ਨਾ ਜਿੰਦਰ ਕੋਈ ਜਜ਼ਬਾ ਉਸ ਰੱਬੀ ਗੁਣਾ ਵਾਲੇ ਪਾਸੇ ਉਸ ਪਾਸੇ ਨਹੀਂ ਗਿਆ ਹੋ ਜਾ ਸਨੇ ਨਹੀਂ ਹੈਗਾ ਪ੍ਰੇਮਾ ਭਗਤੀ ਦੀ ਦਾਤ ਨਹੀਂ ਮਿਲੀ ਮਹਾਰਾਜ ਕਹਿੰਦੇ ਮਿਰਤਕ ਹੈ ਮਰਿਆਂ ਦੇ ਨਵੇਂ ਨਾ ਮੇਰੀ ਜਾਚੇ ਕੋਈ ਉਹਦਾ ਰਤਿ ਤੇ ਰਹਿਣਾ ਨਾ ਰਹਿਣਾ ਕੋ ਬਹੁਤੇ ਮਾਇਨੇ ਨਹੀਂ ਰੱਖਦਾ ਚਲੋ ਇਹ ਥੋੜਾ ਔਖੀ ਬਾਣੀ ਦੇ ਪਰਮਾਣਾਂ ਚ ਅਸੀਂ ਦੇਖ ਲਈਏ ਨਾ ਜੇ ਆਪਾਂ ਜਪਦੀ ਸਾਹਿਬ ਵਿੱਚ ਵੇਖੀਏ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈ ਜਾਂ ਨਦੀਆਂ ਅਤੈ ਵਾਹ ਪਵੈ ਸਮੁੰਦ ਨ ਜਾਣੀਆਂ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਤਨ ਮਤਲਬ ਮਾਲ ਤਨ ਹੋਏ ਗਿਰਹਾ ਸੇਤੀ ਗਿਰਹਾ ਪੰਡਾ ਨੂੰ ਕਿਹਾ ਜਾਂਦਾ ਹੈ ਮਤਲਬ ਕੁਝ ਬੰਦਾ ਕਿਸੇ ਬੈਗ ਕਿਸੇ ਝੋਲੇ ਕਿਸੇ ਤਜ਼ੋਰੀ ਵਿੱਚ ਪਾਏ ਤੇ ਨਾਪਿਆ ਤੋਲਿਆ ਜਾ ਸਕਦਾ ਜੇ ਜਿਥੇ ਗ੍ਰਹਾ ਬਨਣੀਆਂ ਪੈ ਜਾਣ ਉਥੇ ਉਥੇ ਮਾਪ ਤੋਲ ਨਹੀਂ ਰਹਿ ਜਾਂਦਾ ਇੰਨਾ ਕੁ ਸਾਜੋ ਸਮਾਨ ਤੇ ਮਤਲਬ ਹੋ ਜਾਏ ਕਿ ਬੰਦੇ ਕੋਲ ਕਿਸੇ ਲੈਵਲ ਤੇ ਤਨਵੰਦ ਦੀ ਗੱਲ ਕੀਤੀ ਕੋਈ ਚੀਜ਼ ਰਹੀ ਨਾ ਜਾਏ ਕਿਹਾ ਗ੍ਰਹਾ ਸੇਤੀ ਮਾਲ ਤਨ ਕੀੜੀ ਤੁਲਨਾ ਹੋਣੀ ਜੇ ਤਿਸ ਮਨੋਂ ਨਾ ਵਿਸਰੇ ਜਿੰਨੂੰ ਕਰਤਾਰ ਨਹੀਂ ਨਾ ਵਿਸਰਦਾ ਉਹ ਤੇ ਇਹ ਜਾਣੋ ਭਵੇਂ ਤੁਸਾਨੂੰ ਕੀੜੀ ਵੀ ਮੰਨਦੇ ਹੋ ਪਰ ਉਹ ਕੀੜੀ ਹੋ ਕੇ ਵੀ ਉਸ ਉਹ ਜਿਹੜੀ ਸ਼ਖਸੀਅਤ ਉਹਦੋਂ ਕਿਤੇ ਵੱਡਾ ਉਹ ਗਿਰਹਾ ਦਾ ਮਾਲਕ ਜਿਹੜਾ ਉਹ ਕੀੜੀ ਦੇ ਬਰਾਬਰ ਕਹੇ ਜਾਣ ਵਾਲੇ ਤੋਂ ਵੀ ਛੋਟਾ ਹੋ ਜਾਂਦਾ ਹੈ ਉਹਦੇ ਤੁਲ ਵੀ ਨਹੀਂ ਹੈਗਾ ਇਸ ਰੂਪ ਵਿੱਚ ਸੋ ਪ੍ਰੀ ਪ੍ਰਭੂ ਭਗਤੀ ਦੀ ਪ੍ਰੀਤ ਦੀ ਇਹ ਗੱਲ ਕੀਤੀ ਗਈ ਹੈ ਤੇ ਫਿਰ ਮੈਂ ਬੇਨਤੀ ਕਰਾਂ ਪ੍ਰੀਤ ਇੱਕ ਜਜਬਾ ਆ ਇਹ ਜਜਬਾ ਮਨੁੱਖੀ ਹਿਰਦੇ ਦੇ ਅੰਦਰ ਇੱਕ ਤਰ੍ਹਾਂ ਦੇ ਨਾਲ ਰਵਨ ਕਰਦਾ ਆ ਹਾਂ ਇਹਦੇ ਕਈ ਬਲਵਲੇ ਨੇ ਜਿਵੇਂ ਧਰਮਖੰਡ ਹੈ ਧਰਮਖੰਡ ਪ੍ਰੀਤ ਦਾ ਖੰਡ ਹੈ ਇਹ ਪਹਿਲੀ ਸਟੇਜ ਹੁੰਦੀ ਹੈ ਇਹਦੇ ਸ਼ਰਧਾ ਹੁੰਦੀ ਇੰਤਹਾ ਆਸਥਾ ਹੁੰਦੀ ਹੈ ਇਹ ਸਾਸਥਾ ਨੂੰ ਫਿਰ ਹੌਲੀ-ਹੌਲੀ ਅੱਖਾਂ ਮਿਲਦੀਆਂ ਨੇ ਇਹ ਸਾਸਥਾ ਨੂੰ ਹੌਲੀ-ਹੌਲੀ ਪੈਰ ਮਿਲਦੇ ਨੇ ਫਿਰ ਅੱਖਾਂ ਤੇ ਪੈਰਾਂ ਦੀ ਮਦਦ ਨਾਲ ਤੁਰਦੀ ਹੈ ਪਰ ਜੇ ਜਾਣ ਹੀ ਨਾ ਹੋਏ ਮਤਲਬ ਅੱਖਾਂ ਤੇ ਪੈਰ ਕੀ ਕਰਨਗੇ ਜਿਸ ਸਮਰੱਥਾ ਇਹਨਾਂ ਦੀ ਤਾਕਤ ਹੀ ਨਹੀਂ ਜਿਹਨੂੰ ਮਹਾਰਾਜ ਕਹਿੰਦੇ ਜਿਹੜੀ ਆਸਥਾ ਦਾ ਰੰਗ ਹੈ ਪ੍ਰੀਤ ਹੈ ਤੇ ਇਹ ਰੱਬ ਜੀ ਦੇ ਸਰੂਪ ਤੱਕ ਬੰਦੇ ਨੂੰ ਲੈ ਜਾਂਦੀ ਈਵਨ ਰੱਬ ਦਾ ਰੂਪ ਬਣਾ ਦਿੰਦੀ ਹੈ ਸੋ ਇਸ ਇਸ ਕਿਸਮ ਦੀ ਬਾਤ ਕੀਤੀ ਗਈ ਹੈ ਬਚਨਾ ਮੂ ਲਾਲਨ ਸਿਉ ਪ੍ਰੀਤ ਬਣੀ ਮੁਝ ਅਦਨੇ ਦੀ ਮੇਰੀ ਉਸ ਲਾਲਨ ਉਸ ਲਾੜ ਲਡਾਉਣ ਵਾਲੇ ਪਰਿਪੂਰਨ ਨਾਲ ਪ੍ਰੀਤ ਬਣਾਈ ਸਾਂਝ ਬਣਾਈ ਉਹਦੇ ਨਾਲ ਸਨੇਹ ਦੀ ਐਸੀ ਇੱਕ ਤੰਦ ਮੇਰੀ ਖਿੱਚੀ ਗਈ ਇਸ ਰੂਪ ਦੇ ਵਿੱਚ ਅੱਗੇ ਲਿਟਰਲੀ ਤੌਰ ਤੇ ਦੇ ਵਿੱਚ ਜਿਹੜੀ ਵਿਆਖਿਆ ਆ ਹੋਏ ਹੈਗੀ ਕਿ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਐਸੀ ਮਾਧੋ ਖਿੰਚ ਤਣੀ ਤੋਰੀ ਨਾ ਟੁੱਟਾ ਛੋਰੀ ਨਾ ਛੁੱਟਾ ਜਿਹੜੀ ਤੋੜਿਆ ਟੁੱਟਦੀ ਨਹੀਂ ਛੱਡਿਆ ਛੱਡੀ ਨਹੀਂ ਜਾ ਸਕਦੀ ਕਿਤੇ ਬਾਬਾ ਜੀ ਕਹਿੰਦੇ ਨੇ ਕਿ ਬਿਨ ਅਮਲ ਅਮਲੀ ਮਰ ਜਾਈ ਹੈ ਜਿਵੇਂ ਕਿਸੇ ਨੂੰ ਅਮਲ ਲੱਗ ਜੇ ਤੇ ਉਹ ਅਮਲ ਤੋਂ ਬਿਨਾ ਮਰ ਜਾਂਦਾ ਆਪਨੇ ਦੇਖਿਆ ਹੋਵੇਗਾ ਇਹੋ ਜਿਹੀਆਂ ਖਬਰਾਂ ਅਸੀਂ ਸੁਣਨੇ ਆਂ ਕੋਈ ਨਸ਼ੇ 'ਚ ਲੱਗ ਗਿਆ ਬੱਚਾ ਕਿਸੇ ਤਰੀਕੇ ਦੇ ਨਾਲ ਤੇ ਹੋਇਆ ਕੀ ਉਹ ਨਸ਼ਾ ਨਾ ਮਿਲਿਆ ਉਸ ਨੂੰ ਤੇ ਉਹ ਨਸ਼ਾ ਨਾ ਮਿਲਣ ਦੇ ਚੱਕਰ ਦੇ ਵਿੱਚ ਉਹਨੇ ਕੀ ਕੀਤਾ ਘਰ ਦੀ ਕੀਮਤੀ ਚੀਜ਼ ਵੇਚ ਦਿੱਤੀ ਪਾਂਡੇ ਵੇਚ ਦਿੱਤੇ ਸਮਾਨ ਵੇਚ ਦਿੱਤਾ ਇੱਕ ਦਿਨ ਆਪਣੇ ਘਰ ਦੇ ਕਿਸੇ ਮੈਂਬਰ ਨੂੰ ਮਾਰਨ ਤੱਕ ਵੀ ਤਿਆਰ ਹੋ ਗਿਆ ਇਹ ਕੀ ਹੈ ਇਹ ਕੈਸੀ ਕشش ਅੰਦਰੋਂ ਲੱਗ ਗਈ ਜਿਹੜੀ ਤੋੜਿਆ ਟੁੱਟਦੀ ਨਹੀਂ ਜਿਹਨੂੰ ਖਿੱਚ ਕੇ ਤੁਸੀਂ ਜੁਦਾ ਨਹੀਂ ਕਰ ਸਕਦੇ ਮੈਂ ਐਡਿਕਸ਼ਨ ਵਿੱਚ ਕੰਮ ਕਰਦਾ ਮੇਰਾ ਮੇਨ ਫੀਲਡ ਜਿਹੜਾ ਐਡਿਕਸ਼ਨ ਦਾ ਜੇ ਕਾਉਂਸਲਿੰਗ ਵਿੱਚ ਕਾ ਲਵਾ ਤੇ ਤੇ ਉਹਦੇ ਚ ਗੱਲ ਕੀਤੀ ਜਾਂਦੀ ਹੈ ਕਿ ਦੋ ਤਰ੍ਹਾਂ ਦੇ ਐਡਿਕਸ਼ਨ ਹੁੰਦੇ ਨੇ ਈਵਨ ਅੱਜ ਕੱਲ ਤੇ ਹਰ ਚੀਜ਼ ਨੂੰ ਬੜਾ ਸਫਿਸਟੀਕੇਟਿਡ ਵੇ ਨਾਲ ਡਿਸਕ੍ਰਾਈਬ ਕਰਦੇ ਨੇ ਉਹ ਕਹਿੰਦੇ ਜਿਵੇਂ ਦਾ ਫਾਈਨੈਂਸ਼ੀਅਲ ਵਰਲਡ ਵਿੱਚ ਕੀ ਆ ਜਾਂਦਾ ਨੇ ਵੀ देयर ਟੂ ਟਾਈਪ ਆਫ ਡੈਟਸ ਵਨ ਇਜ਼ ਪੋਜ਼ਿਟਿਵ ਵਨ ਇਜ਼ ਅ ਨੈਗੇਟਿਵ 멘ਟਲ ਹੈਲਥ ਵਿੱਚ ਕੀ ਆ ਜਾਂਦਾ देयर ਟੂ ਟਾਈਪ ਆਫ ਸਟ्रेस ਵਨ ਇਜ਼ ਪੋਜ਼ਿਟਿਵ ਵਨ ਇਜ਼ ਨੈਗੇਟਿਵ ਪੋਜ਼ਿਟਿਵ ਸਟ्रेस ਬੜੀ ਚੰਗੀ ਗੱਲ ਹੈ ਇਹ ਹੋਣਾ ਚਾਹੀਦਾ ਹੈ ਪੋਜ਼ਿਟਿਵ ਸਟ्रेस ਤੁਹਾਨੂੰ ਇੰਪਰੂਵ ਕਰਦਾ ਹੈ ਨੈਗੇਟਿਵ ਸਟ्रेस ਇਹ ਨੁਕਸਾਨ ਕਰਦਾ ਹੈ देयर आर टू टाइप ऑफ वरीज पॉजिटिव एंड नेगेटिव पॉजिटिव वरीज दे आर गुड ओदे ਨਾਲ ਬੰਦਾ ਕਿਸੇ ਚੀਜ਼ ਦੀ ਬੜੀ ਪਰਵਾਹ ਕਰਦਾ ਹੈ ਤੇ ਉਹ ਪਰਵਾਹ ਕੀਤੀ ਕਿਹੜੀ ਹੈ ਉਸ ਨੂੰ ਬਚਾ ਲੈਂਦੀ ਹੈ ਜੇ ਬੰਦਾ ਬਿਹਵਜਾ ਹੀ ਹਰ ਚੀਜ਼ ਦੀ ਪਰਵਾਹ ਕਰੀ ਜਾਏ ਹਰ ਚੀਜ਼ ਦੀ ਡਰੀ ਜਾਏ ਫਿਰ ਕੀ ਹੋਏਗਾ ਮਾਰ ਦੇਗੀ ਸਿਸ ਕਰਕੇ ਪੋਜ਼ਿਟਿਵ ਇਨ ਬਿਨ ਕਿਹਾ ਗਿਆ ਦੋ ਤਰ੍ਹਾਂ ਦਾ ਐਡਿਕਸ਼ਨ ਹੈ ਪੋਜ਼ਿਟਿਵ ਐਂਡ ਨੈਗੇਟਿਵ ਗੁੱਡ ਐਡਿਕਸ਼ਨ ਐ ਬੈਡ ਐਡਿਕਸ਼ਨ ਹੈ ਗੁੱਡ ਐਡਿਕਸ਼ਨ ਕੀ ਹੈ ਇਹੋ ਜਿਹਾ ਐਡਿਕਸ਼ਨ ਇਹਨੂੰ ਸੀ ਮਹਾਰਾਜ ਦੇ ਬਚਨ ਪੜ੍ਹਦੇ ਆ ਸਾਬ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਆ ਰਾਮ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ ਬਾਣੀ ਗੁਰਬਾਣੀ ਲੱਗਾ ਮੈਂ ਸੰਗੀਤ ਰਿਲੇਟਡ ਕਦੀ ਕਦਾਰ ਕੋਈ ਕੁਝ ਕਿਤਾਬ ਚ ਪੜ੍ਹੇ ਸਾਡੇ ਇੱਕ ਦਿੱਲੀ ਹੁੰਦੇ ਸੀਗੇ ਸੰਗੀਤ ਗੁਰਮਤ ਸੰਗੀਤ ਸਿਖਾਉਂਦੇ ਸੀਗੇ ਬੜੇ ਪਿਆਰੇ ਸ਼ਖਸੀਅਤ ਸੀ ਫਿਰ ਹੋਲੀ ਇਸੇ ਸੇਵਨੋਂ ਕਰਦੇ ਹਾਂ ਉਹ ਫੌਤ ਹੋਏ ਤੇ ਉਹਨਾਂ ਦਾ ਕਿਤਾਬ ਚ ਲਿਖਿਆ ਪੜਿਆ ਮੈਂ ਤੇ ਉਹਨਾਂ ਨੇ ਤਬਲੇ ਦੇ ਬਾਬਤ ਤਬਲੇ ਦੀਆਂ ਜਿਹੜੀਆਂ ਤਾਲਾਂ ਨੇ ਫਿਰ ਤਾਲਾਂ ਦੇ ਭੇਤਾਂ ਦੇ ਬਾਬਤ ਕਿਤਾਬ ਲਿਖੀ ਪੂਰੀ। ਤੋਂ ਇੱਕ ਵਾਰੀ ਮੈਨੂੰ ਯਾਦ ਆ ਸੀ ਇਕੱਠੇ ਹੋਏ ਇੰਗਲੈਂਡ ਤੇ ਉਹਨਾਂ ਨੂੰ ਕਿਸ ਸੱਜਣ ਨੇ ਪੁੱਛਿਆ ਪੇ ਜੜੀਆਂ ਤੁਸੀਂ ਤਾਲਾਂ ਦੇ ਭੇਤ ਲਿਖੇ ਨੇ ਇਹ ਤੇ ਸਿੱਖੇ ਨਹੀਂ ਜਾ ਸਕਦੇ ਇਹ ਤੇ ਬੜੇ ਮੁਸ਼ਕਲ ਨੇ ਇਹ ਤੇ ਕਿਸੇ ਤਰੀਕੇ ਨਾਲ ਮਤਲਬ ਸਿੱਖਣਾ ਨਾ ਮੁਮਕਨ ਹੀ ਲੱਗਦਾ ਉਹ ਕਹਿੰਦੇ ਨਹੀਂ ਨਹੀਂ ਐਕਚੁਅਲੀ ਨਾ ਇਹ ਜਿਹੜੇ ਤਾਲਾਂ ਦੇ ਭੇਤ ਮੈਂ ਦੱਸੇ ਨੇ ਇਹ ਥੱਕੇ ਹੱਥਾਂ ਨਾਲ ਸਿੱਖੇ ਜਾਂਦੇ ਨੇ ਥੱਕੇ ਹੱਥਾਂ ਨਾਲ ਹਾਂ ਭਈ ਥੱਕੇ ਹੱਥਾਂ ਨਾਲ ਉਹ ਕਹਿੰਦੇ ਜੀ ਸਮਝਿਆ ਨਹੀਂ ਕਹਿੰਦੇ ਸਮਝਿਆ ਇਹ ਹੈ ਸਮਝ ਜਦੋਂ ਕਿਸੇ ਚੀਜ਼ ਬਾਰੇ ਲਿਵ ਲੱਗ ਜੇ ਨਾ ਚੇਟਕ ਲੱਗ ਜੇ ਫਿਰ ਹੱਥ ਜਵਾਬ ਦੇਣਗੇ ਕਿ ਜਗ੍ਹਾ ਤੇ ਵਜਾਉਂਦੇ ਆ ਵਜਾਉਂਦੇ ਆ ਹੱਦ ਥੱਕ ਜਾਣਗੇ ਮਨ ਅੱਕੇਗਾ ਨਹੀਂ ਇਹ ਪ੍ਰੀਤ ਹੁੰਦੀ ਹੈ ਕਿਸੇ ਚੀਜ਼ ਬਾਰੇ ਬੰਦਾ ਫਿਜ਼ੀਕਲੀ ਫੀਲ ਕਰੇ ਪੀ ਆਮ ਗੈਟਿੰਗ ਟਾਇਰਡ ਪਰ ਮਨ ਕਹੇ ਨਾ ਥੋੜਾ ਹੋਰ ਕਰਾ ਇਹ ਪ੍ਰੀਤ ਹੈ ਇਹ ਤੋੜਿਆ ਵੀ ਨਹੀਂ ਟੁੱਟਦੀ ਇਸ ਰੂਪ ਦੇ ਵਿੱਚ ਕਿ ਐਸੀ ਲੱਗਦੀ ਲਗਨ ਲੱਗ ਗਈ ਨਾ ਹੁਣ ਉਸ ਰੂਪ ਵਿੱਚ ਕਹਿੰਦੇ ਜਦੋਂ ਹੱਥ ਥੱਕ ਜਾਣਗੇ ਫਿਰ ਵਜਾਏਗਾ ਫਿਰ ਸਿੱਖਿਆ ਤੇ ਫਿਰ ਕਿਵੇਂ ਵਜਾਏਗਾ ਜਦੋਂ ਹੱਥ ਥੱਕ ਗਏ ਮਨ ਤੇ ਪਹਿਲੇ ਥੱਕਿਆ ਮਨ ਕਦੇ ਛੱਡ ਪੜਾ ਹੱਥ ਕਹਿੰਨਗੇ ਬਸ ਥੱਕੇ ਹੁਣ ਠੀਕ ਹੈ ਓਕੇ ਜੀ ਉਹ ਕਹਿੰਦੇ ਨਹੀਂ ਨਹੀਂ ਮਨ ਥੱਕਦੇ ਪਰ ਤਾਂ ਹੱਥ ਥੱਕ ਜੇ ਤਨ ਥੱਕ ਜੇ ਪਰ ਮਨ ਨਾ ਆਕੇ ਮਨ ਕਹਿੰਨੇ ਅਜੇ ਹੋਰ ਵਜਾ ਬਾਬਾ ਜੀ ਬਿਆਨ ਕਰਦੇ ਇਹ ਜਿਹੜਾ ਜੀਵਨ ਹੈ ਨਾ ਇਹ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਆ ਰਾਮ ਇਹ ਸਾਗਰ ਹੀ ਹੈ ਰਤਨਾ ਜਵਹਰਾਤਾਂ ਦਾ ਬੇਸ਼ਕੀਮਤੀ ਰਤਨਾ ਦੀ ਖਾਣਾ ਸਾਡਾ ਜੀਵਨ ਪਰ ਮਹਾਰਾਜ ਸਾਨੂੰ ਤੇ ਪ੍ਰਾਪਤ ਨਹੀਂ ਹੁੰਦੇ ਰਤਨ ਉਹ ਹੀਰੇ ਜਵਹਰਾਤ ਜਿਹੜੇ ਤੁਸੀਂ ਗੱਲਾਂ ਕਰਦੇ ਹੋ ਮਹਾਰਾਜ ਕਹਿੰਦੇ ਮਿਲ ਸਕਦੇ ਨੇ ਬਾਣੀ ਗੁਰਬਾਣੀ ਲਾਗੈ ਜਿਹਨੂੰ ਬਾਣੀ ਗੁਰਬਾਣੀ ਦੀ ਲਾਗ ਲੱਗ ਜਾਏ ਹੁਣ ਲਾਗ ਲੱਗ ਜਾਏ ਇਸ ਤਰ੍ਹਾਂ ਹੁੰਦਾ ਆ ਅਸੀਂ ਨਾ ਇੱਕ ਹੋਰੀ ਇੱਥੇ ਜਿਹੜੇ ਸਕੂਲਾਂ ਦੇ ਚ ਲੋਕ ਡਰੱਗਸ ਵਗੈਰਾ ਸਪਲਾਈ ਕਰਦੇ ਨੇ ਸੇਲ ਕਰਦੇ ਨੇ ਅਸੀਂ ਉਹਨਾਂ ਕੁਝ ਬੱਚਿਆਂ ਨਾਲ ਗੱਲਾਂ ਕੀਤੀਆਂ ਕਿਉਂਕਿ ਮੇਰਾ ਕਾਉਂਸਲਿੰਗ ਦਾ ਇੱਕ ਫੀਲਡ ਉਸ ਪਾਸੇ ਵੀ ਲੱਗਦਾ ਪੂਰਾ ਤੇ ਸਾਨੂੰ ਪੁੱਛਿਆ ਵੀ ਤੁਸੀਂ ਇਹ ਕਿਵੇਂ ਗਾਹ ਕਲੱਬ ਲੈਂਦੇ ਹੋ ਮਤਲਬ ਕਹੋ ਜੇ ਸੇਲਜ਼ਮੈਨ ਉਹ ਤੁਹਾਡਾ ਹਰ ਵਕਤ ਹੀ ਮਤਲਬ ਤੁਹਾਡੇ ਗਾਹ ਘਟਦੇ ਨਹੀਂਗੇ ਉਹ ਕਹਿੰਦੇ ਜੀ ਥੋੜਾ ਸਾਡੇ ਕੋਲ ਸਟਰੈਟਜੀ ਜਿਹਨੇ ਅਸੀਂ ਯੂਜ਼ ਕਰਦੇ ਆ ਸਟਰੈਟਜੀਸ ਕਿਵੇਂ ਯੂਜ਼ ਕਰਦੇ ਹੋ ਅਸੀਂ ਪਹਿਲਾਂ ਤੇ ਇਹ ਦੇਖਦੇ ਆ ਕਿ ਬੱਚੇ ਜਿਵੇਂ ਸਕੂਲੇ ਜਾਂਦੇ ਨੇ ਤੇ ਸਕੂਲ ਦੇ ਟਾਈਮ ਦੇ ਵਿੱਚ ਕਿਤੇ ਹਾਈ ਸਕੂਲ ਦੇ ਨੇੜੇ ਵਾਲੇ ਦੁਆਲੇ ਤੁਰੇ ਫਿਰੇ ਮਿਲ ਮਿਲ ਜਣ ਸਾਨੂੰ ਅਸੀਂ ਦੇਖਦੇ ਆ ਸ਼ੂਜ਼ ਕਿਵੇਂ ਦੇ ਪਾਏ ਨੇ ਨੇ ਕੱਪੜੇ ਕਿਵੇਂ ਦੇ ਪਾਏ ਨੇ ਸਾਜੋ ਸਮਾਨ ਕਿਵੇਂ ਦਾ ਪਾਇਆ ਹੈ ਜਾਂ ਕਿਤੇ ਸਟੋਰ ਤੇ ਆਲੇ ਦੁਆਲੇ ਬਾਹਰੋਂ ਕੁਝ ਖਾਣ ਵਾਸਤੇ ਪੈਸੇ ਹੈਗੇ ਨੇ ਬਾਹਰੋਂ ਪੀਜ਼ਾ ਲੈ ਕੇ ਖਾਂਦਾ ਕੁਝ ਖਾਂਦਾ ਜੇ ਇਹੋ ਜਿਹਾ ਬੱਚਾ ਮਿਲੇ ਜਿਹਦੇ ਸ਼ੂਜ਼ ਮਹਿੰਗੇ ਹੋਣ ਕੱਪੜੇ ਥੋੜੇ ਸਾਨੂੰ ਲੱਗਣ ਬ੍ਰਾਂਡਡ ਨੇ ਤੇ ਬਾਰੋਂ ਕੁਝ ਸਾਜੋ ਸਵਾਨ ਵੀ ਖਰੀਦ ਕੇ ਖਾਰਿਆ ਹੈ ਆਈ ਸਮਝ ਲੈਂਦੇ ਵੀ ਇਹ ਸਾਡੇ ਮਤਲਬ ਦਾ ਬੰਦਾ ਹੈ ਇਹਦੇ ਕੋਲੋਂ ਅਸੀਂ ਕੁਝ ਪੈਸੇ ਕਢਾ ਸਕਦੇ ਆ ਇਹ ਇਹ ਕੰਮ ਦੀ ਚੀਜ਼ ਆ ਸਾਡਾ ਇੱਕ ਗਾਹਕ ਬਣ ਸਕਦਾ ਫਿਰ ਫਿਰ ਕਹਿੰਦੇ ਵੀ ਉਹਦੇ ਨਾਲ ਅਸੀਂ ਫਿਰ ਨਾ ਫਰੈਂਡਸ਼ਿਪ ਲਾਉਨੇ ਆ ਫਿਰ ਉਹਨੂੰ ਸਿੱਧਾ ਮਤਲਬ ਜੋਕ ਸੁਣਾਉਨੇ ਆ ਜਿਹੇ ਗੱਲਾਂ ਥੋੜੇ ਕੂਲ ਉਹਦੇ ਨਾਲ ਚੱਲਦੇ ਆ ਤੇ ਫਿਰ ਉਹਨੂੰ ਕੂਲ ਕਰਕੇ ਥੋੜਾ ਆਪਣੇ ਨਾਲ ਫਿਰ ਅਸੀਂ ਨੂੰ ਕਹਿੰਨੇ ਆ ਵੀ ਡੂ ਯੂ ਵਾਂਟ ਟੂ ਫੀਲ ਹਾਈ ਕੁਝ ਸਿਰ ਕਮਾਣਾ ਆਪਣਾ ਆ ਚੱਕ ਕਿੰਨਾ ਫਿਰ ਉਹ ਮਗਲਾ ਬੰਦਾ ਕਹਿੰਦੇ ਬਲੈਸ ਟ੍ਰਾਈਟ ਐਕਸਪਲੋਰ ਕਰਦੇ ਨਵਾਂ ਨਵੀਂ ਦੁਨੀਆ ਫਿਰ ਅਸੀਂ ਇੱਕ ਵਾਰੀ ਦਿੰਨੇ ਆ ਦੋ ਵਾਰੀ ਚਾਰ ਵਾਰੀ ਪੰਜ ਵਾਰੀ 10 ਵਾਰੀ ਫਿਰ ਦੋ ਹਫ਼ਤੇ ਦੋ ਤਿੰਨ ਹਫ਼ਤੇ ਐਵੇਂ ਚੱਲਦਾ ਕੰਮ ਸਾਡਾ ਇਹ ਸਾਡੀ ਇਨਵੈਸਟਮੈਂਟ ਸਾਰੀ ਫਿਰ ਫਿਰ ਅਸੀਂ ਦੋ ਢਾਈ ਤਿੰਨ ਹਫ਼ਤਿਆਂ ਬਾਅਦ ਫਿਰ ਵੇਖਦੇ ਆ ਕਿ ਹੁਣ ਗੱਲ ਕੁਝ ਬਣ ਗਈ ਆ ਫਿਰ ਕੀ ਹੁੰਦਾ ਕਿ ਅਸੀਂ ਆਪਣਾ ਬੰਦਾ ਬਦਲ ਦਿੰਨੇ ਆ ਜਿਹੜਾ ਬੰਦਾ ਉਹਨੂੰ ਡੇਲੀ ਜਾ ਕੇ ਮਿਲਦਾ ਸਭ ਕੁਝ ਕਰਦਾ ਉਹਨੂੰ ਕਹਿੰਨੇ ਹੁਣ ਤੂੰ ਨਹੀਂ ਮਿਲਣਾ ਹਣ ਆਪਾਂ ਉਹਨੂੰ ਜਾ ਕੇ ਅਬਜ਼ਰਵ ਕਰਾਂਗੇ ਅਬਜ਼ਰਵ ਕਰਦੇ ਫਿਰ ਉਹ ਲੱਭਦਾ ਉਹਨੂੰ ਕਿੱਧਰ ਗਿਆ ਉਹ ਕਿੱਧਰ ਗਿਆ ਦੂਜਿਆਂ ਨੂੰ ਪੁੱਛਦਾ ਮਦਰਾ ਅੰਦਾਜ਼ਾ ਲੱਗ ਜਾਂਦਾ ਵੀ ਹੁਣ ਹੁਣ ਜਿਹੜਾ ਬੰਦਾ ਲੱਭ ਰਿਹਾ ਨਾ ਬੰਦਾ ਨਹੀਂ ਲੱਭ ਰਿਹਾ ਅਸਲ ਵਿੱਚ ਸਬਸਟੈਂਸ ਲੱਭ ਰਿਹਾ ਹੈ ਫਿਰ ਉਸ ਨੂੰ ਕੋਈ ਇੱਕ ਦਿਨ ਦੋ ਦਿਨ ਬਾਅਦ ਫਿਰ ਸਾਡਾ ਬੰਦਾ ਦੁਬਾਰਾ ਜਾ ਕੇ ਮਿਲਦਾ ਤੇ ਫਿਰ ਉਹਨੂੰ ਪੁੱਛਦਾ ਵੀ ਅੱਛਾ ਉਹ ਕਹਿੰਦਾ ਫਿਰ ਵਾਟ ਯੂ ਯੂ ਨੋ ਆਈ ਵਾਸ ਮਿਸਿੰਗ ਯੂ ਕਹਿੰਦਾ ਉਹ ਤੇ ਗੱਲ ਠੀਕ ਹੈ ਯੂ ਨੋ ਐਕਚੁਅਲੀ ਬਟ ਯੂ ਆਰ ਆਫਰਿੰਗ ਮੀ ਕਹਿੰਦਾ ਬਿਲਕੁਲ ਠੀਕ ਹੈ ਤੈਨੂੰ ਫ੍ਰੀਜ ਦੇ ਰਿਹਾ ਸੀਗਾ ਮੈਂ ਦੋਸਤੀ ਕਰਕੇ ਪਰ ਹੁਣ ਨਹੀਂ ਹੁਣ ਤੈਨੂੰ ਲੱਗ ਗਿਆ ਯੂ نو ਯੂ ਗੈਟ ਐਡਿਕਟ ਨਾਓ ਯੂ ਹੈਵ ਟੂ ਬਾਈ ਹੁਣ ਉਹ ਬੰਦਾ ਰਹਿ ਨਹੀਂ ਸਕਦਾ ਉਹਨੂੰ ਹੁਣ ਚਾਹੀਦੀ ਹੈ ਜ਼ਰੂਰ ਜਦੋਂ ਫਿਰ ਉਹ ਚਾਹੀਦੀ ਹੈ ਫਿਰ ਉਹਦੇ ਵਾਸਤੇ ਉਹ ਕਹਿੰਦਾ ਵੀ ਠੀਕ ਹੈ ਹੁਣ ਕੀ ਕੀਤਾ ਜਾਏ ਹੁਣ ਇੱਕ ਕੰਮ ਕਰ ਵੀ ਤੂੰ ਜਿਹੜੇ ਪੈਸੇ ਨੂੰ ਦੇ ਦੇ ਮੈਨੂੰ ਜਾਂ ਕੋਈ ਕੀਮਤੀ ਚੀਜ਼ ਆ ਜਦੋਂ ਇਸ ਤਰੀਕੇ ਨਾਲ ਬੱਚਿਆਂ ਦੇ ਸ਼ੁਰੂ ਹੁੰਦਾ ਉਹਨਾਂ ਦੇ ਫੋਨ ਗਵਾਚਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੀਆਂ ਕੋਈ ਕੀਮਤੀ ਚੀਜ਼ਾਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ ਖਾਰਾ ਕਹਿੰਦੇ ਨੇ ਵੀ ਮਮ ਮੇਰੀ ਇਤਨਾ ਹੱਥੋਂ ਗਈ ਮੇਰੇ ਤੇ ਫਲਾਂ ਚੀਜ਼ ਗਵਾਚ ਗਈ ਅੱਛਾ ਚਲ ਕੋਈ ਗੱਲ ਨਹੀਂ ਉਹ ਮੇਰੀ ਇਤਨਾ ਮਤਲਬ ਜਿਹੜਾ ਹੈਗਾ ਆਈ ਹੈਵ ਨੋ ਕਲੂ ਮੇਰੇ ਸ਼ੂਜ਼ ਕੋਈ ਪਾ ਕੇ ਲੈ ਗਿਆ ਇਸ ਕਰਕੇ ਮੈਂ ਤਾਂ ਕਿਸੇ ਦਿਰੀਪ ਕੀਤੇ ਪੁਰਾਣੇ ਸ਼ੂਜ਼ ਭਰਾ-ਪਾਟੇ ਪਾ ਕੇ ਆ ਗਿਆ। ਅੱਛਾ ਐਵੇਂ ਹੋ ਗਿਆ ਹਾਂਜੀ ਇਸ ਤਰੀਕੇ। ਫਿਰ ਹੌਲੀ-ਹੌਲੀ ਘਰੋਂ ਕੁਝ ਚੀਜ਼ਾਂ ਗਵਾਚਣੀਆਂ ਸ਼ੁਰੂ ਹੋ ਜਾਂਦੀਆਂ। ਮਹਿੰਗੀਆਂ। ਦੈਟ ਕਾਰਟ ਆਫ ਥਿੰਗਸ ਐਕਚੁਅਲੀ ਹੈਪਨਿੰਗ। ਇਹਦਾ ਮਤਲਬ ਕੀ ਹੈ? ਉਹਨੂੰ ਉਹ ਨਸ਼ਾ ਲੱਗ ਗਿਆ। ਇਹ 네ਗੇਟਿਵ ਆ ਪਰ ਜੇ ਪੋਜ਼ਿਟਿਵ ਸਾਈਡ ਤੇ ਲੱਗ ਜਾਏ ਫਿਰ ਫਿਰ ਬੰਦਾ ਹੁੰਦਾ ਆਪਣਾ ਸਾਡੇ ਕੋਲ ਬੇਸ਼ਕੀਮਤੀ ਚੀਜ਼ ਕੀ ਹੈ ਟਾਈਮ। ਬੰਦਾ ਫਿਰ ਟਾਈਮ ਚੰਗੇ ਪਾਸੇ ਇਨਵੈਸਟ ਕਰਦਾ ਆ। ਮੈਂ ਕਈ ਵਾਰੀ ਬਾਤ ਕੀਤੀ ਹੈ ਕਿ ਇਹ ਲਗਨ ਹੁੰਦੀ ਹੈ ਵੈਸੇ ਇਹ ਲਗਨ ਦੀ ਗੱਲ ਆ ਮੇਰਾ ਬੱਚਾ ਹੈਗਾ ਸਟੂਡੈਂਟ ਹੀ ਕਹਿ ਲੋ ਯੂਕੇ ਤੋਂ ਇੱਥੇ ਆਇਆ ਮੈਨੂੰ ਮਿਲਣ ਵਾਸਤੇ ਐਕਚੁਅਲੀ ਉਹ ਆਇਆ ਮਿਲਣ ਵਾਸਤੇ ਅਸੀਂ ਕਰ ਤੋ ਸ਼ਹਿਰ ਵੀ ਐਕਸਪਲੋਰ ਕਰ ਲਿਆ ਸ਼ਹਿਰ ਕੋਮਲਾ ਤੋ ਉਹਦੇ ਕੁਝ ਫਰੈਂਡ ਵੀ ਸੀਗੇ ਇੱਥੇ ਤੋਂ ਸ਼ਹਿਰ ਕੋਮਦਾ ਤੋ ਉਸਨੇ ਕੋਈ ਕਿਸੇ ਦੇ ਨਾਲ ਮਿਲਣ ਦਾ ਟਾਈਮ ਬਣਾਇਆ ਤੇ ਕੱਲ੍ਹ ਨਾ ਵੀ ਮੇਰਾ ਵੀ ਪ੍ਰੋਗਰਾਮ ਸੀ ਨਾਲ ਜਾਣ ਦਾ ਸਮ ਹਾਉ ਮੈਨੂੰ ਇੱਕਦਮ ਕੁਝ ਕਿਸੇ ਔਰ ਤਰੀਕੇ ਦਾ ਕੁਝ ਕੰਮ ਪੈ ਗਿਆ ਕਿਸੇ ਨਾਲ ਅਪਾਇੰਟਮੈਂਟ ਹੋ ਗਈ ਮੇਰੀ ਤੇ ਮੈਂ ਕਹੇ ਵੀ ਆਈ ਹੈਵ ਟੂ ਅਟੈਂਡ ਥੈਟ ਐਕਚੁਅਲੀ ਔਨਲਾਈਨ ਅਪਾਇੰਟਮੈਂਟ ਸੋ ਨਾਊ ਯੂ ਕੈਨ ਗੋ ਯੂ ਸ਼ੁੱਡ ਨੋਟ ਵੇਟ ਓਕੇ ਦੈਨ ਇਟਸ ਓਕੇ ਆਈ ਵਿਲ ਵੇਟ ਮੈਂ ਤੇ ਤੁਹਾਡੀ ਸੰਗਤ ਹੀ ਕਰਨੀ ਜਾਦਾ ਇੱਥੇ ਰਹਿਣਾ ਬਸ ਮੈਂ ਕਿਹਾ ਨਹੀਂ ਨਹੀਂ ਤੂੰ ਕਿਉਂ ਟਾਈਮ ਵੇਸਟ ਕਰਦਾ ਜਾ ਤੂੰ ਤੂੰ ਫਨ ਕਰ ਤੇ ਤੂੰ ਐਵੇਂ ਮੇਰੇ ਵਾਸਤੇ ਪਤਾ ਨਹੀਂ ਕਿੰਨਾ ਕਿੰਨਾ ਟਾਈਮ ਲੱਗ ਜੇ ਕਹਿੰਦੇ ਇਟਸ ਓਕੇ ਆਈ ਵਿਲ ਐਕਚੁਅਲੀ ਆਬਜ਼ਰਵ ਯੂਰ ਕਾਲ ਬੈਡ ਊ ਟੂ ਪ੍ਰਾਈਵੇਸੀ ਰੀਜ਼ਨਸ ਯੂ ਕੈਨ ਨੋਟ ਆਬਜ਼ਰਵ ਉਕੇ ਨਾ ਛਾ ਫਿਰ ਕੀ ਕਰਾਂਗਾ ਮੈਂ ਕਿਹਾ ਦੇਖ ਲੈ ਹੁਣ ਤੂੰ ਕੀ ਕਰਨਾ ਮੈਂ ਤਾਂ ਕਿਹਾ ਤੂੰ ਟਾਈਮ ਵੇਸਟ ਨਾ ਕਰ ਕਿ ਦਿਨ ਨੂੰ ਆਈ ਵਿਲ ਡੂ ਮੈਡੀਟੇਸ਼ਨ ਮੈਂ ਕਿਹਾ ਇਹ ਲਈ ਕਿ ਨਾ ਤੁਸੀਂ ਆਪਣੇ ਕੰਨਾਂ ਨੂੰ ਜਿਹੜਾ ਹੈਗਾ ਆਪਣੇ ਹੈੱਡਫੋਨ ਵਗੈਰਾ ਲਗਾ ਲਓ ਪ੍ਰੋਪਰਲੀ ਤੇ ਆਈ ਵਿਲ ਸਿਟ ਥੇਰ ਮੈਂ ਕਿਹਾ ਠੀਕ ਹੈ ਉਹ ਮੈਂ ਉੱਥੇ ਕੋਈ ਡੇਢ ਘੰਟਾ ਕਾਲ ਤੇ ਲੱਗਾ ਰਿਹਾ ਉਹ ਆਰਾਮ ਨਾਲ ਬੈਠਾ ਕਾਫੀ دیر ਬਸ ਵੈਸੇ ਸਮਾਦੀਆ ਸੀਨ ਰਿਹਾ ਫਿਰ ਉਸ ਤੋਂ ਬਾਅਦ ਕੋ ਬੁੱਕ ਲੈ ਕੇ ਪੜ੍ਹਨ ਲੱਗ ਗਿਆ ਸਾਰਾ ਕੁਝ ਇਹ ਕੀ ਹੈ ਆਮ ਬੰਦਾ ਕਹੇਗਾ ਬੋਰਿੰਗ ਹੈ ਉਹਨੂੰ ਕੋਈ ਬੋਰਿੰਗ ਨਹੀਂ ਹੈਗਾ ਇੱਕ ਚੇਟਕ ਲੱਗ ਗਈ ਹੈ ਜੇ ਹੈ ਆਮ ਬੰਦੇ ਵਾਸਤੇ ਕੀ ਹੈ ਹੁਣ ਸਵੇਰੇ ਉੱਠ ਕੇ ਕੋਈ ਹੈਗੇ ਨੇ ਸੱਜਣ ਹੈਗੇ ਆ ਇਹੋ ਜੀਆਂ ਰੂਹਾਂ ਮਤਲਬ ਉਹਨਾਂ ਨੂੰ ਤਾਂ ਵੀ ਹੁਣ ਦੇਣ ਚੜਿਆ ਚਲੋ ਹੁਣ ਕੁਝ ਗੁਟਕਾ ਸਾਫ ਖਰੀਦਦੇ ਆ ਪੋਥੀ ਖਰੀਦਦੇ ਆ ਜਿਹੜਾ ਆਮ ਬੰਦਾ ਕਹੇਗਾ ਕੀ ਕਮਲਾ ਬਣਿਆ ਹੈ ਮੈਨੂੰ ਪਿਤੇ ਪਿਤੇ ਹਫਤੇ ਕੋ ਸਜਨਸੀ ਕੇ ਕਹਿ ਰਹੇ ਕਿੰਦੂ ਇੱਥੇ ਬੱਚੀ ਉਹਨਾਂ ਦੀ ਸਿਸਟਰ ਸੀ ਉਹ ਪੜਨ ਵਾਸਤੇ ਆਈ ਪਹਿਲੀ ਵਾਰੇ ਤੇ ਤੋ ਕਿੰਦੇ ਸੋ ਪਾਠ ਕਰ ਰਹੀ ਸਵੇਰੇ ਉੱਠ ਕੇ ਤੇ ਜਿਨ੍ਹਾਂ ਦੇ ਘਰੇ ਸੀ ਉਹ ਪੂਆ ਦਾ ਕਰ ਸੀ ਉਹਨਾਂ ਦਾ ਬੇਟਾ ਉਹ ਡਾਊਨ ਟਾਊਨ ਜੌਬ ਕਰਦਾ ਵੈਸੇ ਉਹ ਤੇ ਉਹ ਦਿੱਕ ਦਿਨ ਦੇਖਿਆ ਦੋ ਦਿਨ ਤੀਜੇ ਦਿਨ ਕਹਿੰਦਾ ਕਿੰਦਾ ਯੂ ਡੋਨਟ ਹੈਵ ਐਨੀਥਿੰਗ ਕ੍ਰੀਏਟਿਵ ਟੂ ਡੂ ਵਾਈ ਆਰ ਯੂ ਵੇਸਟਿੰਗ ਯੂ ਟਾਈਮ ਉਹਨੂੰ ਬੜਾ ਬੁਰਾ ਲੱਗਾ ਉਹ ਪਿੱਛੇ ਕਾਲ ਕਰੇ ਕਹਿੰਦੇ ਕਿੰਦੀ ਆਮ ਨੋਟ ਗੋਇੰ ਅ ਲਿਵ ਵਿਦ ਧਮ actually they are just actually uh, trying to uh, make fun at me toward my actually spiritual exercises theek hai ji o kudrat vi kayan kai kheda khed diye o kithe hafta hi nahi paya hafte baad hi koi family jo eh ho ja health issue aa gaya head of the family to musibat nu pa ke te hospital jana pa gaya sara koi uttho call karke o ladka onu kenda kenda ki can you do a favor for me kende what ਕਿੰਦੋਟ ਗੁਰਦੁਆਰਾ ਸਾਹਿਬ ਨੇ ਅਰਦਾਸ ਡੂ ਅਰਦਾਸ ਤੇਰ ਤੇ ਮੈਨੂੰ ਕਹਿੰਦਾ ਕਹਿੰਦਾ ਉਹ ਉਹ ਕਿਹੜਾ ਬੱਚੇ ਤੁਹਾਨੂੰ ਪਤਾ ਹੀ ਐਸੰਦਾ ਫਿਰ ਉਹ ਕਹਿੰਦੀ ਕਹਿੰਦੀ ਡੋਨਟ ਯੂ ਆ ਨੀ ਕ੍ਰੀਏਟਿਵ ਥਿੰਕ ਟਰੂ ਵਾਈ ਆਰ ਯੂ ਐਚੁਅਲੀ ਸੇਇੰਗ ਮੀ ਟੂ ਡੂ ਸਮ ਸੋਰਟ ਆਫ ਬੋਰਿੰਗ ਸਟਫ ਮਤਲਬ ਇਹ ਐ ਕਿ ਜਿੱਥੇ ਜਿੱਥੇ ਚੇਟਕ ਲੱਗ ਗਈ ਜਿਸ ਨੂੰ ਪਰ ਹਾਂ ਬਾਬਾ ਜੀ ਨੇ ਇਹ ਕਿਹਾ ਕਿ ਤੁਸੀਂ ਢੋਰੇ ਨਹੀਂ ਬਣਨਾ ਜੋ ਕਿਸੇ ਬਚਨ ਪੜਦੇ ਆ ਪ੍ਰੀਤ ਪਾਰ ਬ੍ਰਹਮ ਮੌਲ ਮਨਾ ਪ੍ਰੀਤ ਤੁਹਾਡੇ ਮਨ ਨੂੰ ਮੌਲ ਦਿੰਦੀ ਏ ਤੁਹਾਡੇ ਮਨ ਦੇ ਵਿੱਚ ਬਹਾਰ ਲੈ ਆਉਂਦੀ ਮੌਲਣਾ ਬਹਾਰ ਹੁੰਦਾ ਮਤਲਬ ਬਾਹਰ ਦੀ ਬਹਾਰ ਬਹਾਰ ਨਹੀਂ ਕਿ ਜੇ ਅੰਦਰ ਬਹਾਰ ਨਹੀਂ ਹੈਗੀ ਤੇ ਬਾਹਰ ਦੀ ਬਲਕਿ ਬਲਕੇ ਬਾਹਰ ਵੀ ਬਹਾਰ ਵੀ ਜਦੋਂ ਬੰਦੇ ਤੰਗ ਕਰਦੇ ਜੇ ਅੰਦਰ ਬੰਦਾ ਮੁਰਝਾ ਗਿਆ ਤੇ ਪ੍ਰੀਤ ਪਰਮ ਮੌਲ ਮਨਾ ਪਰਾਂ ਗਿਆਨ ਕਮਾਈਏ ਪੂਛ ਜਣਾ ਇਹੋ ਜੇ ਜਨ ਦਾ ਪੱਲਾ ਫੜ ਸੰਗਤ ਕਰ ਜਿਹਦੇ ਨਾਲ ਗਿਆਨ ਕਮਾਏ ਸੋਜੀ ਵੀ ਆਏ ਸੋ ਸਾਹਿਬ ਕਹਿੰਦੇ ਜੇ ਲਾਗ ਹੀ ਲਾਉਣੀ ਹੈ ਨਾ ਕਿਤੇ ਅਮਲ ਹੀ ਲਾਉਣਾ ਤੇ ਫਿਰ ਇਹੋ ਜਿਹਾ ਅਮਲ ਲਾਓ ਜਿਸ ਦੇ ਨਾਲ ਤੁਹਾਨੂੰ ਰਤਨਾ ਦੀ ਖਾਨ ਮਿਲੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਆਰਾਮ ਬਾਣੀ ਗੁਰਬਾਣੀ ਲਾਗੈ ਆ ਲਾਗ ਲਾ ਆ ਅਮਲ ਲਾ ਗੁਰਬਾਣੀ ਦਾ ਅਮਲ ਲਾ ਇਹ ਲਾਗ ਇਹ ਅਮਲ ਇਹ ਜਿਹੜੀ ਲਗਨ ਹੈ ਤੇਰਾ ਭਲਾ ਕਰੇਗੀ ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਆਰਾਮ ਉਹਦੇ ਫਿਰ ਹੱਥ ਚੜ ਜਾਂਦਾ ਹੈ ਉਹ ਬਚਨ ਆ ਰਿਹਾ ਇਹਦੇ ਵਿੱਚ ਸਭ ਬਿਆਨ ਕਰ ਰਹੇ ਨੇ ਕਿ ਤੋਰੀ ਨਾ ਟੂਟਾ ਛੋਰੀ ਨਾ ਛੋਟਾ ਐਸੀ ਮਾਧੋ ਖਿੰਚ ਤਨੀ ਖਿੰਚ ਤਨੀ ਲਿਵ ਲੱਗ ਜਣ ਜਿੰਨੂੰ ਕਹਿੰਨੇ ਬਿਲਕੁਲ ਐ ਅਡਿਗ ਜਿਹੜੀ ਬਿਲਕੁਲ ਹੁਣ ਮੈਨੂੰ ਕਿਸੇ ਪਾਸੇ ਹੋਰ ਵੇਖਣ ਨਹੀਂ ਦੇਂਦੀ ਦਿਨ ਸ ਰੈਨ ਮਨਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ हे ਤਰਸ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਇਹੋ ਜਿਹਾ ਤਰਸ ਕਰ ਰਾਤ ਦਿਨ ਤੂੰ ਮੇਰੇ ਮਨ ਵਿੱਚ ਆ ਵਸੇ ਤੇਰੇ ਤੋਂ ਬਿਨਾ ਕੁਝ ਹੋਰ ਹੋਏ ਹੀ ਨਾ ਉਹੀ ਚੀਜ਼ ਹਰ ਵਕਤ ਚੱਲਦੀ ਰਹੇ ਕਈ ਵਾਰੀ ਸੀ ਜੀਵਨ ਦੇ ਵਿੱਚ ਮਸਾਲਾ ਲੱਭਦੇ ਆਂ ਦੇਖਦੇ ਆਂ ਮੈਂ ਬਾਤ ਕਿਉਂਕਿ ਕਈ ਵਾਰ ਦੁਹਰਾਓ ਵਿੱਚ ਵੀ ਬਾਤ ਆਉਂਦੀ ਹੈ ਮੇਰੇ ਪਿਆਰੇ ਮਿੱਤਰ ਹੈਗੇ ਨੇ ਸਟੇਟਸ ਦੇ ਵਿੱਚ ਉਹ ਕਹਿੰਦੇ ਵੀ ਦੇਖੋ ਜਦੋਂ ਚੇਟਕ ਲੱਗ ਜਾਂਦੀ ਕਿਸੇ ਨੂੰ ਉਹਦੀ ਹਰ ਗੱਲ ਵਿੱਚ ਵੀ ਉਹੋ ਜੀ ਉਹੀ ਚੀਜ਼ ਐਗਜ਼ਾਮਪਲ ਹੁੰਦੀ ਵਾਰ-ਵਾਰ ਜਿਵੇਂ ਸਪੋਜ਼ ਲਿਟਰੇਚਰ 'ਚ ਬਿਆਨ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਬੜੀ ਭੁੱਖ ਲੱਗਦੀ ਹੈ ਤੇ ਮਾਂ ਕੋਲ ਖਵਾਉਣ ਵਾਸਤੇ ਬੱਚੇ ਨੂੰ ਕੁਝ ਨਹੀਂ ਹੈਗਾ ਤੇ ਜਦੋਂ ਬਹੁਤ ਉਹ ਵਿਲਕਦਾ ਆ ਤੇ ਫਿਰ ਉਹ ਸੋਚਦੀ ਇਹਦਾ ਧਿਆਨ ਵਟਾਇਆ ਜਾਏ ਤੇ ਫਿਰ ਉਹਨੂੰ ਗੱਲਾਂ ਕਰਦੀ ਆਲੇ ਦੁਆਲੇ ਦੀਆਂ ਰਾਤ ਦਾ ਟਾਈਮ ਹੈ ਪੁੰਨਿਆਂ ਦੀ ਰਾਤ ਹੈ ਚੰਦਰਮਾ ਐਨ ਬਿਲਕੁਲ ਆਪਣੇ ਆਵੂਰ ਤੇ ਚੜ ਰਿਆ ਉੱਤੇ ਤੇ ਉਹ ਫਿਰ ਬੱਚੇ ਨੂੰ ਕਹਿੰਦੀ ਬੇਟਾ ਦੇਖ ਉਹ ਚੰਨਾ ਮਾਮਾ ਕਿੰਨਾ ਸੋਹਣਾ ਆ ਹਨਾ ਤੇ ਬੱਚਾ ਧਿਆਨ ਨਾਲ ਦੇਖਦਾ ਕਿੰਨਾ ਹਾਂ ਮਾਂ ਬਿਲਕੁਲ ਕਿੰਨਾ ਸੋਹਣਾ ਆ ਬਿਲਕੁਲ ਰੋਟੀ ਵਰਗਾ ਗੋਲ ਆ ਯਾਨੋ ਉਹਦੀ ਚੇਤਕ ਤੇ ਉਹੀ ਹੈ ਨਾ ਉਹਨੂੰ ਤੇ ਹੁਣ ਜਿਹੜੀ ਚੀਜ਼ ਅੰਦਰ ਚਾਹ ਰਹੀ ਹੈ ਉਹਨੂੰ ਹੀ ਆਦ ਆ ਰਿਹਾ ਐ ਐਗਜ਼ੈਕਟਲੀ ਉਹ ਸੱਜਣ ਕਹਿੰਦੇ ਕਹਿੰਦੇ ਆ ਉਹ ਅਕਸਰ ਟੂਰਨਾਮੈਂਟ ਵਗੈਰਾ ਕਰਾਉਂਦੇ ਬੱਚਿਆਂ ਦੇ ਉੱਥੇ ਜਦੋਂ ਪਿੰਡ ਜਾਂਦੇ ਤੇ ਕਹਿੰਦੇ ਹ ਸੌਕਰ ਦਾ ਟੂਰਨਾਮੈਂਟ ਕਰਾ ਰਹੇ ਅਸੀਂ ਉੱਥੇ ਕੁਝ ਕੋਚਸ ਵਗੈਰਾ ਨੂੰ ਫੀਸ ਦੇਣੇ ਆ ਕੁਝ ਆਪਣੀ ਜ਼ਮੀਨ ਦੇ ਵਿੱਚ ਸਟੇਡੀਅਮ ਬਣਾਇਆ ਬੱਚਿਆਂ ਦੀ ਵੈਲ ਬੀਇੰਗ ਵਾਸਤੇ ਤੇ ਕੁਝ ਉਹਨਾਂ ਨੂੰ ਕ੍ਰੀਏਟਿਵ ਚੀਜ਼ ਇਨਵੋਲਵ ਕਰਨ ਵਾਸਤੇ ਤਕਿਨ ਸਾਡੇ ਉੱਤੇ ਬੜੇ ਇੱਕ ਫਕੀਰ ਵਰਤੀ ਦੇ ਬੰਦੇ ਨੇ ਬੜੇ ਧਾਰਮਿਕ ਤੇ ਬੜੀ ਰਿਸਪੈਕਟ ਕਰਦੇ ਆ ਸੀ ਉਹਨਾਂ ਦੀ ਬਾਣੀ ਦੇ ਬੜੇ ਮਤਲਬ ਇਸ਼ਕ ਰੱਖਦੇ ਨੇ ਉਹ ਤੇ ਉਹਨਾਂ ਨੂੰ ਮੈਂ ਉਹਨਾਂ ਨਾਲ ਸਾਂਝਰ ਨੂੰ ਨਾਲ ਪੁਲਾਇਆ ਸੀ ਟੂਰਨਾਮੈਂਟ ਕਰਾ ਰਹੇ ਤੇ ਉਹਨਾਂ ਨੂੰ ਬਿਠਾਇਆ ਨਾਲ ਤੇ ਸ਼ੌਕਰ ਦਾ ਮੈਚ ਚੱਲ ਰਿਹਾ ਤੇ ਮੈਚ ਦੇ ਦੌਰਾਨ ਜਦੋਂ ਹਾਫ ਟਾਈਮ ਹੋਇਆ ਤੇ ਅਸੀਂ ਦੋਨੋਂ ਬੈਠੇ ਗੱਲਾਂ ਕਰਦੇ ਤੇ ਗੱਲਾਂ ਕਰਦਿਆਂ ਕਰਦਿਆਂ ਮੈਨੂੰ ਕਹਿੰਦਾ ਕਹਿੰਦਾ ਵੀ ਇਹ ਮਤਲਬ ਆ ਇੰਨੇ ਬੰਦੇ ਰਲ ਕੇ ਖੇਡਦੇ ਨੇ ਗੇਮ ਸਾਰੀ ਇਕੱਲਾ ਨਹੀਂ ਖੇਡ ਸਕਦਾ ਉਹ ਕਹਿੰਦੇ ਨਹੀਂ ਨਹੀਂ ਇਕੱਲਾ ਨਹੀਂ ਖੇਡ ਸਕਦਾ ਐਟ ਲੀਸਟ 11-11 플레이ਰ ਹੋਣ ਦੋਨਾਂ ਪਾਸੇ ਤਾਂ ਹੀ ਗੱਲ ਬਣਦੀ ਹੈ ਇਕੱਲੇ ਨਾਲ ਤਾਂ ਖੇਡਦਾ ਗੇਮ ਹੀ ਨਹੀਂ ਇਕੱਲਾ ਖੇੜੀ ਨਹੀਂ ਸਕਦਾ ਤੇ ਕਿਸੇ ਥੋੜੀ ਦਿਰ ਹੱਸ ਕੇ ਕਹਿੰਦੇ ਕਹਿੰਦੇ ਹੈ ਨਾ ਕਮਾਲ ਉਹ ਇਕੱਲਾ ਹੀ ਖੇਢੀ ਜਾਂਦਾ ਖਿੰਦੇ ਮੈਨੂੰ ਖਿਆਲ ਆਇਆ ਵੀ ਬੰਦਾ ਗੇਮ ਵਿੱਚ ਬੈਠਾ ਵੀ ਇਹੀ ਸੋਚੀ ਜਾਂਦਾ ਉਹਦੀ ਉਹਦੀ ਸੁਰਤ ਕਿਥੋਂ ਦੇ ਲੱਗਿਓ ਨੂੰ ਉਹੀ ਯਾਦ ਆਈ ਜਾਂਦਾ ਚੇਟਕ ਲਿਵ ਲੱਗੀ ਨਾ ਉਥੇ ਸਹਿਬ ਬਿਆਨ ਕਰਦੇ ਦਿਨਸ ਰਹਿਨ ਮਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭੇ ਆਪਣੀ ਤੂੰ ਆਪਣੀ ਕਿਰਪਾ ਇਹੋ ਜੀ ਕਰ ਦੇ ਅਗਲਾ ਬਚਨ ਲਿਖਿਆ ਬਲਬਲ ਜਾਉ ਸਿਆਮ ਸੁੰਦਰ ਕੋ ਅਕਤ ਕਥਾ ਜਾਂ ਕੀ ਬਾਤ ਸੁਣੀ ਬਾਕੀ ਉਹ ਸਿਆਮ ਸੁੰਦਰ ਖੂਬਸੂਰਤੀ ਦਾ ਇੰਤਹਾ ਦਾ ਸੋਮਾ ਕਹਿ ਲੋ ਉਸ ਨੂੰ ਉਹਦੀ ਬਾਤ ਕੀਤੀ ਗਈ ਅਕਤ ਕਥਾ ਜਾਂ ਕੀ ਬਾਤ ਸੁਣੀ ਤੇ ਜਿਹਦੀ ਗੱਲ ਵੀ ਇਹ ਸੁਣਾਈ ਜਾਂਦੀ ਪਈ ਅਕਤ ਕਥਾ ਆ ਸਾਡੇ ਲਫ਼ਜ਼ਾਂ ਦੇ ਸਾਡੇ ਅਲਫ਼ਾਜ਼ਾਂ ਦੇ ਵਿੱਚ ਉਹਨੂੰ ਪੂਰੀ ਤਰ੍ਹਾਂ ਉਖੇਰਿਆ ਨਹੀਂ ਜਾ ਸਕਦਾ ਬਿਲਕੁਲ ਅੰਤਰੀ ਲਾਈਨ ਆ ਜਨ ਨਾਨਕ ਦਾਸਨ ਦਾਸ ਕਹੀਤ ਹੈ ਮੋਹਿ ਕਰੋ ਕਿਰਪਾ ਠਾਕੁਰੇ ਆਪਣੀ ਇਹ ਨਾਨਕ ਅਰਦਾਸ ਕਰਦਾ ਆ ਦਾਸਨ ਦਾਸ ਕਹੀਤ ਹੈ ਜੋ ਦਾਸਾਂ ਦੇ ਦਾਸਾਂ ਦਾ ਦਾਸ ਅਖਵਾਉਂਦਾ ਆ ਮੋਹਿ ਕਰੋ ਕਿਰਪਾ ਠਾਕੁਰੇ ਆਪਣੀ ਮੇਰੇ ਤੇ ਵੀ ਆਪਣੀ ਕਿਰਪਾ ਕਰੀ ਮੈਨੂੰ ਇਸ ਪ੍ਰੀਤ ਦੇ ਰੰਗ ਚ ਰੰਗ ਦੇ ਮੈਨੂੰ ਵੀ ਉਸ ਕੀੜੀ ਦੇ ਤੁਲ ਬਣਾ ਦੀ ਜਿਹੜੀ ਤੈਨੂੰ ਨਹੀਂ ਵਿਸਾਰਦੀ ਜੇ ੜੀ ਹਰ ਵਕਤ ਤੇਰੀ ਪ੍ਰੀਤ ਵਿੱਚ ਖੀਵੀ ਰਹਿੰਦੀ ਹੈ ਜਿਸ ਨੂੰ ਤੂੰ ਵਾਕਿਆ ਚ ਪ੍ਰੀਤ ਪਾਰਬੰਦੀ ਲਗਨ ਲਾ ਦਿਨਾ ਆ ਸਾਇਬ ਰਹਿਮਤ ਕਰਨ ਐਸੇ ਆਲਮੀ ਵਾਕਾਂ ਦੀ ਪ੍ਰੇਰਣਾ ਸਾਡੀ ਸੁਰਤ ਚ ਜਮਾਏ ਇਹਦੇ ਲਈ ਅਰਦਾਸ ਆ ਇਨੀਆਂ ਕ ਬਿੰਦੀਆਂ ਨਾਲ ਖਿਮਾ ਇੱਥੇ ਸਮਾਪਨ ਕਰਦੇ ਆ ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ